सत श्री अकाल दोस्तों, मैं सिमरन की ग्लोबल एंड हायर इंडियन दोस्तों। आज इस वीडियो च असीं गल करांगे उह सारे ट्रक ड्राइवर्स दी जिहड़े कैनेडा माइग्रेट होना चाहुंदे आ वर्क परमिट ते थ्रू LMI। सो साडे कोल कुछ लोकेशंस दी प्री अप्रूव्ड LMI ऑलरेडी हैगियां ने जिहदे नाल तुसीं फास्ट ट्रैक प्रोसैस दे थ्रू कैनेडा माइग्रेट हो सकते हो। सो साडे कोल ओंटारियो, अल्बर्टा, ब्रिटिश कोलंबिया, मैनिटोबा एंड नोवा स्कोशिया दी प्री अप्रूव्ड LMI। सो इस वीडियो च अज असीं गल करदे आं तुसीं किद्दां एलिजिबल हुंदे हो इह प्रोग्राम लई, इहदा प्रोसेस किन्ना टाइम टेकिंग हुंदा आ एंड तुहानूं डॉक्यूमेंट्स की चाहिदे हुंदे आ। सो आओ दोस्तों असीं पहलां गल करदे आं एलिजिबिलिटी क्राइटेरिया दी। सो इस प्रोग्राम लई एलिजिबल होण लई तुहानूं प्लस टू दी एजुकेशन चाहीदी आ जिहड़ी कि अजकल सारिआं कोल हुंदी आ। तुहानूं लास्ट 2 ईयर्स दा वर्क एक्सपीरियंस चाहीदा हुंदा किसी भी गल्फ कंट्री एज अ ट्रक ड्राइवर एंड जिहड़ा तुहाडा वीज़ा स्टैम्प होना चाहिए वो ट्रक ड्राइवर का ही होना चाहिए है। तो थर्ड, थोड़ा एक IELTS एग्जाम क्लीयर करना होंगे जिसे रीडिंग च 4, राइटिंग, लिसनिंग एंड स्पीकिंग च 5 बैंड स्कोर करने होंगे। जे थोड़ा लगता तुसी इस प्रोग्राम के अंडर एलिजिबल हो तुसी सानू अज ही कॉन्टैक्ट कर सकते हो अपना यह प्रोसैस फास्ट ट्रैक कराने लई। सो हुण आपां गल करदे आं इहदे प्रोसैस लई। ਇਹਦੇ ਪ੍ਰੋਸੈਸ ਲਈ ਤੁਹਾਨੂੰ ਪਹਿਲਾਂ ਸਾਨੂੰ ਆਪਣੇ ਸਾਰੇ ਸੈਟ ਆਫ ਡਾਕੂਮੈਂਟ ਸਬਮਿਟ ਕਰਕੇ ਸਾਡੇ ਨਾਲ ਰਜਿਸਟਰ ਹੋਣਾ ਪੈਂਦਾ ਆ। ਇੱਕ ਵਾਰੀ ਤੁਸੀਂ ਰਜਿਸਟਰ ਹੋ ਜਾਂਦੇ ਹੋ ਅਸੀਂ ਵਿਦ ਇਨ 10 to 15 ਡੇਜ਼ 'ਚ ਤੁਹਾਡੀ ਜਿਹੜੀ ਪ੍ਰੀ ਅਪਰੂਵ LMI ਆ ਉਹਦੇ 'ਤੇ ਤੁਹਾਡਾ ਨੇਮ ਇਸ਼ੂ ਕਰਾ ਦਿੰਦੇ ਆ। ਨੇਮ ਇਸ਼ੂ ਕਰਾਉਣ ਤੋਂ ਬਾਅਦ ਤੁਹਾਡੀ ਵੀਜ਼ਾ ਐਪਲੀਕੇਸ਼ਨ ਫਾਈਲ ਹੁੰਦੀ ਆ ਵਰਕ ਪਰਮਿਟ ਦੀ ਕੈਨੇਡੀਅਨ ਹਾਈ ਕਮਿਸ਼ਨ 'ਚ। ਨੈਕਸਟ ਡੇ ਤੁਹਾਡੀ ਬਾਇਓਮੈਟ੍ਰਿਕਸ ਦੀ ਰਿਕੁਐਸਟ ਆਉਂਦੀ ਆ। ਸੋ ਬਾਇਓਮੈਟ੍ਰਿਕਸ ਦੀ ਰਿਕੁਐਸਟ ਆਉਣ ਤੋਂ ਬਾਅਦ ਜਿਹੜਾ ਤੁਹਾਨੂੰ ਕੇਸ ਆਫੀਸਰ ਅਪੁਆਇੰਟ ਹੁੰਦਾ ਆ ਉਹ ਤੁਹਾਡੀ ਸਾਰੀ ਪ੍ਰੋਫਾਈਲ ਨੂੰ ਗੋ ਥਰੂ ਕਰਦਾ ਆ ਤੇ ਜੇ ਉਹਨੂੰ ਲੱਗਦਾ ਵੀ ਤੁਸੀਂ ਕੁਆਲੀਫਾਈ ਕਰ ਰਹੇ ਹੋ ਤੁਹਾਨੂੰ ਵਿਦ ਇਨ 2 ਮੰਥਸ ਮੈਡੀਕਲ ਰਿਕੁਐਸਟ ਆ ਜਾਂਦੀ ਆ। ਦੈਨ ਯੂ ਹੈਵ ਟੂ ਅੰਡਰਗੋ ਅ ਮੈਡੀਕਲ ਟੈਸਟ। ਜਿੱਦਾਂ ਹੀ ਤੁਹਾਡਾ ਮੈਡੀਕਲ ਟੈਸਟ ਹੋ ਜਾਂਦਾ ਵਿਦ ਇਨ 10 ਡੇਜ਼ ਡਾਕਟਰ ਤੁਹਾਡੀ ਰਿਪੋਰਟ ਸਬਮਿਟ ਕਰ ਦਿੰਦੇ ਆ ਐਂਡ ਤੁਹਾਨੂੰ ਵੀਜ਼ਾ ਸਟੈਂਪਿੰਗ ਰਿਕੁਐਸਟ ਆ ਜਾਂਦੀ ਆ ਜਿਹਦੇ ਲਈ ਤੁਸੀਂ ਆਪਣਾ ਪਾਸਪੋਰਟ ਭੇਜਣਾ ਹੁੰਦਾ ਤੇ ਤੁਹਾਡਾ ਪਾਸਪੋਰਟ ਸਟੈਂਪ ਹੋ ਕੇ ਆ ਜਾਂਦਾ ਜਿਹਦੇ ਤੁਹਾਨੂੰ 2 ਈਅਰਸ ਦਾ ਵਰਕ ਪਰਮਿਟ ਮਿਲਦਾ ਆ। ਹੁਣ ਅਸੀਂ ਗੱਲ ਕਰਦੇ ਹਾਂ ਦੋਸਤੋ ਤੁਹਾਨੂੰ ਡਾਕੂਮੈਂਟਸ ਕੀ ਚਾਹੀਦੇ ਹੁੰਦੇ ਆ। ਸੋ ਜੇ ਅਸੀਂ ਗੱਲ ਕਰੀਏ ਵੀ ਇਹ ਪ੍ਰੋਗਰਾਮ ਕਿੰਨਾ ਕੁ ਸਕਸੈਸਫੁਲ ਆ, ਸੋ ਇਹਦਾ ਸਕਸੈਸ ਡਿਸਾਈਡ ਕਰਦਾ ਵੀ ਤੁਹਾਡੇ ਕੋਲ ਕਿੰਨੇ ਸਟਰੋਂਗ ਡਾਕੂਮੈਂਟਸ ਆ। ਤੁਹਾਡੀ ਕੰਪਲੀਟ ਸੈਟ ਆਫ ਡਾਕੂਮੈਂਟਸ ਤੁਹਾਨੂੰ ਹੈਲਪ ਕਰ ਸਕਦਾ ਆ ਇਹਦੇ 'ਚ ਸਕਸੈਸਫੁਲ ਬਣਾਉਣ ਲਈ। ਸੋ ਹੁਣ ਅਸੀਂ ਗੱਲ ਕਰਦੇ ਹਾਂ ਡਾਕੂਮੈਂਟਸ। ਇਹਦੇ 'ਚ ਤੁਹਾਨੂੰ ਪਹਿਲੀ ਚੀਜ਼ ਆਪਣੇ ਸਾਰੇ ਪਾਸਪੋਰਟਸ ਓਲਡ ਐਂਡ ਨਿਊ ਦੇ ਸਾਰੇ ਪੇਜਸ ਦੀ ਸਕੈਨਡ ਕਾਪੀ ਚਾਹੀਦੀ ਹੁੰਦੀ ਆ। ਤੁਹਾਨੂੰ ਇੱਕ ਪੁਲਿਸ ਕਲੀਅਰੈਂਸ ਸਰਟੀਫਿਕੇਟ PCC ਕਰਾਉਣਾ ਹੁੰਦਾ ਆ। ਤੁਹਾਨੂੰ ਆਪਣਾ ਅਪਡੇਟਡ ਰਿਜ਼ਿਊਮੇ ਜਿਹਦੇ 'ਚ ਤੁਹਾਡੇ ਜੌਬ ਰੋਲਸ ਮੈਂਸ਼ਨ ਹੁੰਦੇ ਆ ਉਹ ਸਬਮਿਟ ਕਰਨਾ ਹੁੰਦਾ ਆ। ਦੈਨ ਤੁਹਾਨੂੰ ਰੈਫਰੈਂਸ ਲੈਟਰ ਚਾਹੀਦਾ ਹੁੰਦਾ ਆ ਆਪਣੇ ਇੰਪਲੋਇਰ ਦੇ ਥਰੂ ਜਿਹਦੇ 'ਚ ਤੁਹਾਡੇ ਵਰਕਿੰਗ ਆਵਰਸ, ਤੁਹਾਡੀ ਸੈਲਰੀ ਐਂਡ ਤੁਹਾਡੀ ਜੌਬ ਡਿਊਟੀਜ਼ ਹੁੰਦੀਆਂ ਆ। ਤੁਹਾਨੂੰ ਇਹਦੇ 'ਚ ਕੁਛ ਲਿਕੁਇਡ ਫੰਡਸ ਵੀ ਸ਼ੋ ਕਰਨੇ ਹੁੰਦੇ ਆ, ਪਲੱਸ ਤੁਹਾਨੂੰ ਆਪਣੇ ਸਾਰੇ ਐਜੂਕੇਸ਼ਨਲ ਡਾਕੂਮੈਂਟਸ ਵਿਦ ਯੋਰ ਵੈਲਿਡ IELTS ਸਬਮਿਟ ਕਰਨਾ ਹੁੰਦਾ ਆ। ਸੋ ਜੇ ਤੁਹਾਨੂੰ ਲੱਗਦਾ ਆ ਤੁਸੀਂ ਇਸ ਪ੍ਰੋਗਰਾਮ ਲਈ ਐਲੀਜੀਬਲ ਹੋ ਤੁਸੀਂ ਸਾਨੂੰ ਨੀਚੇ ਦਿੱਤੇ ਹੋਏ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੋ। ਐਂਡ ਜੇ ਤੁਸੀਂ ਇੱਦਾਂ ਦੀ ਹੋਰ ਵੀਡੀਓਜ਼ ਚਾਹੁੰਦੇ ਹੋ ਅਸੀਂ ਤੁਹਾਡੇ ਤੱਕ ਲੈ ਕੇ ਆਈਏ ਤਾਂ ਸਾਡਾ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰੋ। ਥੈਂਕ ਯੂ।